अस्सलाम वालेकुम जी, मैं थोड़ा अपना होस्ट बाबा जी सेव हिस्टोरिकल प्लेसेस ऑफ पाकिस्तान खोरे सच संताली दे पंजाब और पंजाबी ग्रुप ज्वाइन करो प्यारा ननकाना साहेब और देखते रहो हिस्ट्री ऑफ पंजाब तारीख पंजाब दी किस तरह पलटे खादे और किस तरीके नाल लोग बने और किस तरीके नाल कखों लख और कई लखों कख होए। ऐसी पंजाब दी वंड 1947 दे विच एक बारी पंजाब वंडिया गया 1901 दे विच ब्रिटिश राज दे अंदर और ग्रेटर पंजाब बनाया महाराजा रणजीत सिंह ने जिहदियां दीवारां जाके खुलदियां सन दरवाजे जिहड़े खुलदे सन जमरोत फोर्ट ते और उधरों बाद यूपी एमपी दे नाल जाके लगदा सी और अज पंजाब वंडिया गया पंज हिस्सों दे विच। मैं इस वेले नॉर्थ वैसट दे विच पंजाब दा नॉर्थ वैसट हिस्सा जिहड़ा कि ज़िला चकवाल जिथे दे दो इंडियन प्राइम मिनिस्टर होए ने इंदर कुमार गुजराल साहब और दूसरे सन मनमोहन सिंह जिन्होंने 10 साल गुजारे ने दो टनियर गुजारे ने वह भी इस मिट्टी के सन और अज मैं उस मिट्टी के आया वहाँ यदि जरखेजी को देखने वास्ते और इनू चैक करने वास्ते कि आखिर इतने कीड़ी खास चीज़ सी कि जिथे दे लोग जड़े ने इन्ने महान लोग जड़े ने इतने पैदा होए और इस जगह के उत्ते उन्होंने पैदाइश हुई और उस तो बाद जाके उन्होंने बकायदा राज किया। तो कोई शक नहीं है इस विच कि मिट्टी जरखेज़ है और मिट्टी का असर जड़ा इंसान के अंदर सारी जिंदगी रहिंदा है और जड़ा पानी है वह असर भी रहिंदा है। तो मेरे नाल एक होर बजुर्ग ने मैं थोड़ी जिनी 47 के हवाले नाल उन्होंने नाल गल करदा जावां। अस्सलाम वालेकुम जी। वालेकुम सलाम। कैसे हम शरीफ है बुजुर्गो अपना? उमर सादिक जी। वाला साहब का नाम? शेर खान। शेर खान सैदपुर विलेज में रहने वाले हो? जी जी। अच्छा तो ਤੁਹਾਡੀ ਉਮਰ ਕਿਤਨੀ ਸੀ 47 ਵੇਲੇ 1947 ਚ ਤੁਸੀਂ ਚੰਗੇ ਭਲੇ ਸੋ ਜਵਾਨ ਸੀ ਹੋ? ਨਹੀਂ ਪੜ੍ਹਦਾ ਸਾਂ ਮੈਂ। ਕਿਤਨੀ ਕਲਾਸ ਚ? ਮੈਂ ਕੋਈ ਪਹਿਲੀ ਪੜ੍ਹਦਾ ਜਾ ਸਕਿਆ। ਚੌਥੀ ਪੰਜਵੀਂ? ਆ ਚੌਥੀ ਚੌਥੀ ਪੰਜਵੀਂ ਕਰ ਛੋੜੋ। ਆ ਹੁਣ ਇਹ ਜੇ ਰੋਲ ਕੀ ਥੋੜਾ ਜਿਹਾ ਜੀ ਪੰਜਵੀਂ ਕਰੋ। ਅੱਛਾ ਮੈਨੂੰ ਇਹ ਦੱਸੋ ਤੁਸੀਂ ਜੀ ਕਿ ਤੁਸਾਂ ਨੂੰ ਕੋ ਆਪਣੇ ਦੋਸਤਾਂ ਦੇ ਨਾਮ ਯਾਦ ਹਨ ਜਿਹੜੇ ਨਾਲ ਪੜ੍ਹਨੇ ਹੋਣੇ ਸੇ? ਹਿੰਦੂ 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 ਹਾਂ ਬੜੇ ਯਾਦ ਹਨ ਜੀ। ਨਾਮ ਕੋਈ ਕਿੰਨੋ ਹਰ ਨਾ ਪ੍ਰਤਾਪ ਹੋ? ਅੱਛਾ ਅੱਛਾ ਮਿੰਦਰ ਸਿੰਘ ਹੋ? ਹਾਂ ਸਜਾਨ ਸਿੰਘ ਹੋ? ਵਾਹ ਹੈ ਜੀ। ਇਹ ਤੇ ਚਾਰ ਸਾਲ ਨਾਲ ਪੜ੍ਹਦੇ ਸਨ। ਅੱਛਾ ਤੇ ਆਪਣਾ ਦੇਸਰਾਜ ਸੀ ਸਾਡਾ ਆਪਣਾ ਮਾਸਟਰ ਦੇਸਰਾਜ ਮਾਸਟਰ ਜੀ ਮਾਸਟਰ ਉਹ ਵੀ ਹਿੰਦੂ ਹੈ ਉਹ ਵੀ ਹਿੰਦੂ ਹੈ ਕੈਸਾ ਪੜ੍ਹਾਉਂਦੇ ਸਾਨੂੰ? ਬੜਾ ਅੱਛਾ ਪੜ੍ਹਾਉਂਦੇ ਸਨ ਜੀ। ਕਦੀ ਯਾਦ ਆਈ ਉਹਨਾਂ ਨੂੰ? ਬੜੀ ਯਾਦ ਆਉਂਦੀ ਹੈ ਜੀ। ਆਪਣੇ ਕਲਾਸ ਫੈਲੋ ਜਿਹੜੇ ਨਾਲ ਪੜ੍ਹਨੇ ਸੀ ਕਦੇ ਕੋਈ ਆਇਆ ਮਿਲਣ ਵਾਸਤੇ? ਨਾ ਮਿਲਣਾ ਅਸੀਂ ਕੌਣ ਆਉਂਦਾ ਜੀ ਕੋਈ ਆਉਣ ਜਾਂਦਾ ਵਾ? ਨਹੀਂ ਕਾਫੀ ਲੋਕ ਆਏ ਨੇ ਆਪਣੇ ਗ੍ਰਾਂ ਚ ਆ ਕੇ ਮਿਲ ਕੇ ਗਏ ਨੇ ਦੇਖ ਕੇ ਗਏ ਨੇ ਆਏ ਨੋ। ਹਾਂਜੀ ਇਹ ਚੀਜ਼ ਆ ਕਿ ਇੱਧਰ ਤੱਕ ਕੋਈ ਨਹੀਂ ਆਇਆ ਸੈਦਪੁਰ ਨਾ ਕੋਈ ਵਾਪਸ ਨਹੀਂ ਆਇਆ ਕੁਝ ਪਤਾ ਚੱਲਿਆ ਕਿ ਲੋਕ ਕਿੱਥੋਂ ਇੱਥੋਂ ਉਜੜ ਕੇ ਕਿੱਥੇ ਗਏ ਕਿਹੜੇ ਇਲਾਕੇ 'ਚ ਗਏ ਕੋਈ ਪਤਾ ਕਿਸੇ ਨੂੰ ਕੋਈ ਨਹੀਂ ਪਤਾ। ਵੈਸੇ ਚਕਵਾਲ ਵਾਲੇ ਜ਼ਰਾ ਸੁਣਿਆ ਕਿ ਲੁਧਿਆਣਾ ਗਏ ਨੇ ਅਤੇ ਦਿੱਲੀ ਗਏ ਨੇ ਔਰ ਉਸਦੇ ਆਸ ਪਾਸ ਵਾਲੇ ਏਰੀਏ ਦੇ ਵਿੱਚ ਨੇ ਕਿ ਫਿਰ ਵੀ ਤੁਸੀਂ ਕੋਈ ਆਪਣੀ ਅੱਛੀ ਬਚਪਨ ਦੀ ਯਾਦ ਜਿਹੜੀ ਹੈ ਉਹ ਸੁਣਾਓ ਜਦੋਂ ਤੁਸੀਂ ਸਾਰੇ ਮੁਸਲਿਮ ਸਿੱਖ ਹਿੰਦੂ ਸਾਰੇ ਇਕੱਠੇ ਹੋਣੇ ਸੀ ਜੈਨ ਜਿਹੜੇ ਸਨ ਆਰੀਆ ਸਮਾਜੀ ਵੀ ਹੋਣੇ ਸੀ ਨਾਲ ਇਹ ਸਾਰੇ ਇਕੱਠੇ ਹੋਣੇ ਸਨ ਅਤੇ ਕਿ ਮਾਹੌਲ ਸੀ ਉਸ ਵੇਲੇ ਗ੍ਰਾਂ ਦਾ? ਗ੍ਰਾਂ ਦਾ ਬੜਾ ਅੱਛਾ ਮਾਹੌਲ ਸੀ ਜੀ ਬੜਾ ਸੋਹਣਾ ਮਾਹੌਲ ਸੀ ਔਰ ਬੜੇ ਅਖਲਾਕ ਸਨ ਬੜੇ ਪਿਆਰ ਨਾਲ ਮੁਹੱਬਤ ਨਾਲ ਇੱਕ ਦੂਸਰੇ ਨਾਲ ਰਹਿੰਦੇ ਸਨ ਅੱਛੇ ਸਨ ਬਿਲਕੁਲ ਹੀ ਇੰਨੇ ਲੋਕ ਅੱਛੇ ਸਨ ਕਿ ਕੋਈ ਗਰੀਬ ਹੈ ਉਸਨੂੰ ਵੀ ਸਾਥ ਲੈ ਲੈਂਦੇ ਸਨ ਹੈਂਜੀ ਔਰ ਜੋ ਅਮੀਰ ਹੈ ਉਸ ਅਮੀਰ ਹੀ ਹੈ ਨਾ ਜਿਹੜਾ ਗਰੀਬ ਹੈ ਉਹਨੇ ਆਪਣੇ ਸਾਥ ਲੈ ਲੈਂਦੇ ਸਨ ਉਸ ਨਾਲ ਬਿਲਕੁਲ ਆਪਣਾ ਪੂਰਾ ਸਵਾਨ ਕਰਦੇ ਸਨ। ਗੁੱਡ ਕੋਈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਹਿੰਦੂ ਹੈ ਕੋਈ ਵੀ ਜਾ ਅਤੇ ਇਹ ਇੱਥੇ ਸਭ ਤੋਂ ਜਿਹੜਾ ਅਮੀਰ ਬੰਦਾ ਗੁਜ਼ਰਿਆ ਉਹ ਕੌਣ ਸੀ? ਸ਼ੋਭਾ ਆਪਣਾ ਉਹ ਲੰਬਰਦਾਰ ਹੈ ਜੀ ਸ਼ੋਭਾ ਸਿੰਘ ਜੀ ਹਾਂ ਸ਼ੋਭਾ ਸਿੰਘ ਸ਼ੋਭਾ ਸਿੰਘ ਉਹ ਸਿੱਖ ਹੈ ਹਿੰਦੂ? ਸਿੱਖ ਹੈ ਸਿੱਖ ਹੈ ਸਿੱਖ। ਅੱਛਾ ਕਿੰਨੀ ਜ਼ਮੀਨ ਹੈ ਇਸੇ ਕੋਈ ਅੰਦਾਜ਼ਾ ਨਾ? ਬਹੁਤ ਜ਼ਮੀਨ ਹੈ ਜੀ ਉਹ ਜ਼ਮੀਨ ਬਹੁਤ ਹੈ ਉਹ ਕੰਮ ਅਸ ਕੰਮ ਜਿਸ ਉਸ ਦੀ ਉਠ ਨੇ ਅਸੀਂ ਜਾਂਦੇ ਸਨ ਨਾ ਐਲਾਨ ਹੋ ਜਾਂਦਾ ਸੀ ਭਾਈ ਸ਼ੋਭੇ ਦੇ ਉਠ ਖੋਲ ਗਏ ਅਗੋ ਰਸਤਾ ਛਾੜ ਦਿਓ ਬੱਚੇ ਛੱਚੇ ਬੰਦੇ ਹਟ ਜਾਓ ਇੰਨੇ ਉਠ ਸੀ ਕੋਈ ਸੌ ਤਕਰੀਬਨ ਉਠਾਇਆ ਯਾਨੀ ਕਿ ਇੱਥੇ ਬਰਬਰਦਾਰੀ ਜਿਹੜੀ ਸੀ ਊਂਠ ਨਜ਼ਰੀਏ ਹੋਣੀ ਸੀ ਟਰਾਂਸਪੋਰਟੇਸ਼ਨ ਜਿਹੜੀ ਸੀ ਅਤੇ ਉਹ ਕੈਸਾ ਬੰਦਾ ਸੀ ਸ਼ੋਭਾ ਸਿੰਘ? ਅੱਛਾ ਸੀ ਹਰ ਬੰਦਾ ਅੱਛਾ ਸੀ। ਅੱਛਾ ਪਿੰਡ ਦਾ ਨੰਬਰਦਾਰ ਸੀ? ਵੈਰੀ ਗੁੱਡ। ਅਤੇ ਤੁਸੀਂ ਇੱਥੇ ਕੋਈ ਤੁਹਾਡੀ ਅੱਛੀ ਯਾਦ ਜਿਹੜੀ ਸੀ ਸਕੂਲ ਟਾਈਮ ਨਹੀਂ ਕੋਈ ਅੱਛੀ ਗੱਲ ਜਿਹੜੀ ਹੈ ਜਿਹੜੀ ਤੁਹਾਡੀ ਕਲਾਸ ਦੇ ਵਿੱਚ ਤੁਸੀਂ ਕੋਈ ਯਾਦ ਹੋਵੇ? ਅਕਸਰ ਲੋਕਾਂ ਨੂੰ ਮੈਂ ਜਦੋਂ ਪੁੱਛਣਾ ਵਾਂ ਤੂੰ ਆਪਣੇ ਬਚਪਨ ਦੀਆਂ ਛੋਟੀਆਂ ਛੋਟੀਆਂ ਸ਼ਰਾਰਤਾਂ ਦੱਸਣੇ ਵੇ
ਖਾਸ ਕੋਈ ਯਾਦ ਵੀ ਕੋਈ ਨਹੀਂ। ਛਾਪੇ ਕੱਟਣੇ ਜੇ ਕੋਈ ਰਸਤੇ ਕੋਈ ਹੋਰ ਚੀਜ਼ ਆ ਜਾਵੇ ਤਾਂ ਉਸ ਵੀ ਨਹੀਂ ਨਹੀਂ। ਚਲੋ ਵਾਈਲਡ ਬੋਰ ਦੀ ਗੱਲ ਕਰ ਰਹੇ ਨੇ ਕਿ ਵਾਈਲਡ ਬੋਰ ਇੱਥੇ ਬਹੁਤ ਜ਼ਿਆਦਾ ਹੋ ਗਏ ਨੇ ਤੇ ਇਸ ਵਾਸਤੇ ਰਸਤੇ 'ਚ ਕਿਸੇ ਟਾਈਮ ਮਿਲ ਜਾਂਦੇ ਨੇ ਤੇ ਆਪਣੀ ਹਿਫਾਜ਼ਤ ਮਾਰੋ ਡੰਡਾ ਔਰ ਕਲਾੜੀ ਨਾਲ ਹਰ ਵੇਲੇ ਜਿਹੜੀ ਹੈ ਰੱਖਣੇ। ਟ੍ਰੈਡੀਸ਼ਨ ਹੈ ਚਕਵਾਲ ਦਾ ਔਰ ਚਕਵਾਲ ਦੇ ਵਿੱਚ ਲੋਕ ਜਿਹੜੇ ਨੇ ਪ੍ਰੀ ਪਾਰਟੀਸ਼ਨ ਵੀ ਇਸੇ ਤਰ੍ਹਾਂ ਹੁੰਦੇ ਸਨ ਔਰ ਬਾਅਦ ਵਿੱਚ ਵੀ ਸਾਦਗੀ ਦਾ ਇਹ ਆਲਮ ਹੈ ਇੱਥੇ ਦਾ ਕਿ ਹਲੇ ਤੱਕ ਲੋਕ ਜਿਹੜੇ ਨੇ 47 ਤੋਂ ਪਹਿਲੇ ਵਾਲਾ ਟ੍ਰੈਡੀਸ਼ਨ ਜਿਹੜੇ ਨੇ ਸਿਰਫ ਇੱਕ ਖੂਹ ਸੁੱਕੇ ਨੇ, ਬਾਕੀ ਹੋਰ ਬਾਕੀ ਚੀਜ਼ਾਂ ਉਸੇ ਤਰ੍ਹਾਂ ਹੀ ਨੇ ਹਲੇ। ਅੱਛਾ ਤੁਸੀਂ ਇਹ ਦੱਸੋ ਮੈਨੂੰ ਕਿ ਇਹ ਤੁਸੀਂ ਇਹ ਕਦੀ ਇਹ ਜਿਹੜਾ ਮੰਦਰ ਬਣਿਆ ਉੱਥੇ ਇੱਥੇ ਕਦੀ ਗਏ ਸੀ ਮੰਦਰ ਵਿੱਚ? ਹਾਂ ਵੈਸੇ ਦੋਸਤਾਂ ਨਾਲ ਤੁਹਾਡੇ ਦੱਸਿਆ ਨਾ ਕਿ ਹਿੰਦੂ ਪੜ੍ਹਦੇ ਪੜ੍ਹਨੇ ਹੋਣੇ ਸਨ ਕੋਈ ਯਾਦ ਆਪਣੇ ਕੋਈ ਪੜ੍ਹਦੇ ਸਤਿਗੁਰੀਆ ਸਤਿ ਸ੍ਰੀ ਅਕਾਲ ਤੇ ਭਈਆ ਕੋਈ ਉਦੋਂ ਖੜਕਾਉਂਦੇ ਸਨ ਖੜਕਾਲ ਜਿਹਾ ਠੀਕ ਹੋ ਗਿਆ। ਤੁਸੀਂ ਵੀ ਗੱਲ ਕਹੀਏ ਕਿ ਸਾਡਾ ਕੋਈ ਆਪਸ ਦੇ ਵਿੱਚ ਨਾਰਾਜ਼ਗੀ ਨਹੀਂ ਸੀ, ਕੋਈ ਕਿਸੇ ਨਾਲ ਸਾਰੇ ਇੱਕ ਦੂਜੇ ਨਾਲ ਪਿਆਰ ਕਰਦੇ ਸਨ। ਬਹੁਤ ਅੱਛੇ ਗੁਜ਼ਰੇ। ਅੱਜ ਤੁਹਾਨੂੰ ਅਗਰ ਜੇ ਤੁਹਾਡਾ ਦੋਸਤ ਪ੍ਰਤਾਪ ਸਿੰਘ ਜਾਂ ਕੋਈ ਹੋਰ ਤੁਹਾਨੂੰ ਦੁਬਾਰਾ ਅਗਰ ਸਾਹਮਣੇ ਆਏ ਪਹਿਚਾਣ ਲਓਗੇ? ਹਾਂਜੀ ਕਿਉਂ ਨਹੀਂ ਪਛਾਣ ਸਕਦੇ, ਬਿਲਕੁਲ ਪਛਾਣ ਸਕਦੇ। ਸਾਡੇ ਨਾਲ ਕਲਾਸ ਫੈਲੋ ਸਨ, ਉਹਨਾਂ ਨੂੰ ਪਛਾਣ ਲਵਾਂਗੇ, ਗੱਲਬਾਤ ਤੋਂ ਪਹਿਚਾਣ ਲੈ ਸਕਦੇ। ਅਤੇ ਮੇਰੀ ਰਿਕੁਐਸਟ ਹੈ ਕਿ ਅਗਰ ਬਜ਼ੁਰਗਾਂ ਦੇ ਕੀ ਨਾਮ ਤੁਸੀਂ ਦੱਸਿਆ ਆਪਣਾ? ਮੇਰਾ ਸ਼ੇਰ ਖਾਨ ਜੀ। ਨਹੀਂ ਨਹੀਂ ਮੁਹੰਮਦ ਸਾਦਿਕ ਜਿਹੜੇ ਨੇ ਇਹਨਾਂ ਦਾ ਅਗਰ ਕੋਈ ਦੋਸਤ ਬਚਪਨ ਦਾ ਜਿਹੜਾ ਕੋਈ ਸੁਣ ਰਿਹਾ ਕੋਈ ਦੇਖ ਰਿਹਾ ਅਤੇ ਉਹਨਾਂ ਨੂੰ ਮੇਰਾ ਇੱਕ ਮੈਸੇਜ ਹੈ ਕਿ ਦੇਖੋ ਉਹਨਾਂ ਨੂੰ ਅੱਜ ਵੀ ਨਾਮ ਤੁਹਾਡੇ ਯਾਦ ਨੇ ਔਰ ਯਾਦ ਕਰਦੇ ਨੇ। ਉਹ ਕਹਿ ਰਹੇ ਨੇ ਕਿ ਮੇਰੇ ਸਾਹਮਣੇ ਅਗਰ ਮੇਰਾ ਕੋਈ ਦੋਸਤ ਆਏਗਾ ਤਾਂ ਮੈਂ ਪਹਿਚਾਣ ਲਵਾਂਗਾ। ਉਮਰ ਦੇ ਇਸ ਹਿੱਸੇ ਦੇ ਵਿੱਚ ਵੀ ਇੱਕ ਜਜ਼ਬਾ ਹੈ ਉਹਨਾਂ ਦੋਸਤਾਂ ਵਾਸਤੇ, ਉਹਨਾਂ ਪਿਆਰ ਵਾਲੇ ਲੋਕਾਂ ਵਾਸਤੇ ਕਿ ਜਿਹੜੇ ਲੋਕ ਇਸ ਧਰਤੀ ਨੂੰ ਛੱਡ ਕੇ ਜਾ ਚੁੱਕੇ ਨੇ। ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਅਮੈਰੀਕਾ, ਕੈਨੇਡਾ, ਜਰਮਨੀ, ਫਰਾਂਸ ਔਰ ਇੰਗਲੈਂਡ ਦੇ ਵਿੱਚ ਬੈਠੇ ਨੇ ਔਰ ਕਈ ਵਾਰੀ ਉਹ ਖੋਰੇ ਸੱਚ ਦਾ ਪ੍ਰੋਗਰਾਮ ਦੇਖ ਕੇ ਫਿਰ ਮੇਰੇ ਨਾਲ ਦੁਬਾਰਾ ਰਾਬਤਾ ਕਰਦੇ ਨੇ ਕਿ ਵੀ ਮੇਰੇ ਪੇਰੈਂਟਸ ਇਸ ਸ਼ਹਿਰ 'ਚੋਂ ਗਏ ਨੇ, ਇਸ ਗ੍ਰਾਂ 'ਚੋਂ ਗਏ ਨੇ, ਇਸ ਜਗ੍ਹਾ ਤੋਂ ਗਏ ਨੇ। ਅਤੇ ਅਗਰ ਇਹਨਾਂ ਦਾ ਵੀ ਕੋਈ ਦੋਸਤ ਜਿਹੜਾ ਕੋਈ ਜ਼ਿੰਦਾ ਹੈ ਔਰ ਆਪਣੇ ਦੋਸਤ ਨੂੰ ਦੇਖ ਰਿਹਾ ਅਤੇ ਕੋਈ ਵੀ ਖੁਸ਼ੀ ਦਾ ਲਮ੍ਹਾ ਤੁਹਾਡੇ ਮੈਂ ਭਰ ਸਕਿਆ ਵਾਂ ਅਗਰ ਜ਼ਿੰਦਗੀ ਦੇ ਵਿੱਚ ਤਾਂ ਮੈਂ ਸਿਰਫ ਇਹੀ ਕਹਾਂਗਾ ਕਿ ਮੇਰੇ ਹੱਕ ਅੰਦਰ ਦੁਆ ਕਰਨਾ। ਸ਼ਾਇਦ ਮੈਂ ਆਪਣੀ ਕਿਸੇ ਪੀੜਾ ਨੂੰ ਛੁਪਾਉਣ ਵਾਸਤੇ ਮੈਂ ਕਿਸੇ ਹੋਰ ਦੇ ਦਰਦ ਜਿਹੜੇ ਨੇ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਾ ਵਾਂ ਔਰ ਉਮੀਦ ਹੈ ਕਿ ਜਿਹੜਾ ਬੰਦਾ ਕਿਸੇ ਵਾਸਤੇ ਆਸਾਨੀ ਪੈਦਾ ਕਰਦਾ ਤਾਂ ਰੱਬ ਤਾਲਾ ਉਸ ਵਾਸਤੇ ਆਸਾਨੀ ਪੈਦਾ ਕਰਦਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਖੋਰੇ ਸੱਚ 47 ਦੇ ਮੇਰੇ ਮੈਂ ਇਸ ਵੇਲੇ ਪਿੰਡ ਆਇਆ ਵਾਂ ਸੈਦਪੁਰ ਔਰ ਡਿਸਟ੍ਰਿਕਟ ਜਿਹੜਾ ਚਕਵਾਲ ਹੈ ਔਰ ਮੇਰੀ ਬੈਕ ਸਾਈਡ ਦੇ ਉੱਤੇ ਜਿਹੜੇ ਪਹਾੜ ਨਜ਼ਰ ਆ ਰਹੇ ਨੇ ਇੱਥੇ ਹੈ ਕਟਾਸ ਰਾਜ ਔਰ ਸੈਦਪੁਰ ਵੇਲੇ ਜਿਹੜਾ ਸੀ ਮਰਕਜ਼ ਸੀ ਹਿੰਦੁਆਤਾ ਦਾ, ਹਿੰਦੂਇਜ਼ਮ ਦਾ ਔਰ ਉਸ ਤੋਂ ਬਾਅਦ ਸਿੱਖ ਔਰ ਮੁਸਲਿਮ ਭਾਈਚਾਰਾ, ਹਿੰਦੂਇਜ਼ਮ ਦਾ ਭਾਈਚਾਰਾ ਜਿਹੜਾ ਕਿ ਆਪ ਆਪਣੇ ਮੂੰਹੋਂ ਬੋਲਦਾ ਹੈ। ਬਜ਼ੁਰਗਾਂ ਨੇ ਦੱਸਿਆ ਕਿ ਅੱਛਾ ਤੁਸੀਂ ਜਦੋਂ ਐਲਾਨ ਹੋ ਗਿਆ ਕਿ ਵੀ ਪਾਕਿਸਤਾਨ ਬਣਨ ਜਾ ਰਿਹਾ ਤੁਹਾਨੂੰ ਤੁਹਾਡੇ ਦੋਸਤ ਮਿਲ ਕੇ ਗਏ? ਮਿਲ ਕੇ ਗਏ। ਕੀ ਕੋਈ ਗੱਲਬਾਤ ਹੋਈ ਆਖਰੀ ਤੁਹਾਡੀ? ਕੀ ਹੋਣੀ ਸੀ ਬਸ ਉਹਦੇ ਰੋਂਦੇ ਚਲੇ ਗਏ। ਰੋਂਦੇ ਸਨ? ਰੋਂਦੇ ਸਨ ਚਲੇ ਗਏ। ਕਦੀ ਜਾਣ ਵਾਲਿਆਂ ਦੀ ਕਦੀ ਯਾਦ ਆਈ? ਯਾਦ ਤਾਂ ਬਾਦਸ਼ਾਹ ਆਉਂਦੀ ਕਿਉਂ ਨਹੀਂ, ਇਕੱਠਾ ਬੰਦਾ ਰਹੋ ਯਾਦ ਤਾਂ ਕਰਦੇ ਹੀ ਹੈ। ਸਹੀ ਗੱਲ। ਕਿਆ ਖੁਸ਼ੀ ਨਾਲ ਕੋਈ ਜਾਣ ਵਾਸਤੇ ਤਿਆਰ ਸੀ? ਕੌਣ? ਜਿਹੜੇ ਲੋਕ ਜਾਂਦੇ ਸੀ ਉਹ ਖੁਸ਼ੀ ਨਾਲ ਕਿਤੇ ਜਾਣੇ? ਬਸ ਗਵਰਨਮੈਂਟ ਦਾ ਆਰਡਰ ਹੋ ਗਿਆ, ਬਸ ਐਲਾਨ ਜੇ ਹੋ ਗਿਆ। ਤੁਹਾਡੇ ਗ੍ਰਾਮ ਵਿੱਚ ਕੋਈ ਕੋਈ ਐਸਾ ਨਾ ਖੁਸ਼ਗਵਾਰ ਵਾਕਿਆ ਤਾਂ ਨਹੀਂ ਹੋਇਆ ਕਿਸੇ ਵੀ ਨਾਨ ਮੁਸਲਿਮ? ਸਾਡੇ ਬੰਦੇ ਖੁਦ ਬਿਠਾ ਕੇ
ਖੁਦ ਜਾ ਕੇ ਬਿਠਾ ਗਏ ਤੁਸੀਂ ਆਪਣੇ ਦੋਸਤ ਜਿਹੜਾ ਸੀ ਤੁਹਾਡਾ ਸਭ ਤੋਂ ਕਰੀਬੀ ਦੋਸਤ ਤੁਸੀਂ ਉਹਨੂੰ ਕਿੱਥੇ ਤੱਕ ਛੱਡ ਕੇ ਆਏ ਗਰਾਊਂਡ ਬਾਹਰ? ਅਸੀਂ ਛੋਟੇ ਹਾਂ ਅਤੇ ਵਡੇਰੇ ਕੋਈ ਗਹਿਣ ਕੋਈ ਨਾਲ ਜਿਹੜੇ ਗਹਿਣ ਅੱਗੇ ਛੱਡ ਕੇ ਆਏ ਬਜ਼ੁਰਗ ਗਏ ਕਿੱਥੇ ਬਿਠਾ ਕੇ ਖਾਨਪੁਰ ਤੱਕ ਜੀ ਖਾਨਪੁਰੋਂ ਜਾ ਕੇ ਬਿਠਾ ਕੇ ਆਏ ਸਨ ਖਾਨਪੁਰੋਂ ਬੱਸਾਂ ਜਾਣੀਆਂ ਸਨ ਉਸ ਵੇਲੇ ਕਿ ਜਾਣਾ ਬੱਸਾਂ ਹੀ ਜਾਂਦੀਆਂ ਸਨ ਅਤੇ ਕਰੀਬ ਤਰੀਨ ਤੁਹਾਨੂੰ ਖਾਨਪੁਰ ਲੱਗਣਾ ਸੀ ਰੇਲਵੇ ਸਟੇਸ਼ਨ ਕਿਹੜਾ ਨਜ਼ਦੀਕ ਲੱਗਣਾ ਸੀ? ਰੇਲਵੇ ਸਟੇਸ਼ਨ ਤਾਂ ਪਹਿਲਾਂ ਚਕਵਾਲ ਸਿੰਘ ਵੀ ਖਤਮ ਹੋ ਗਿਆ ਪਰ ਹੁਣ ਤਾਂ ਸਾਨੂੰ ਸੁਹਾਵੇ ਹੀ ਦਿੰਦੇ ਸੁਹਾਵੇ ਤੁਸੀਂ ਜੇਲੋਂ ਸੁਹਾਵਾ ਔਰ ਜੇਲ ਅਤੇ ਅਗਰ ਮੈਂ ਇੱਕ ਗੱਲ ਤੁਹਾਡੇ ਕੋਲੋਂ ਪੁੱਛਾਂ ਤੁਸੀਂ ਮੈਨੂੰ ਸੱਚੋ ਸੱਚ ਦੱਸਣੀ ਹੈ ਦੱਸਣਾ ਐਵੇਂ ਕਿ ਅਗਰ ਤੁਸੀਂ 47 ਤੋਂ ਪਹਿਲੇ ਚਲੇ ਜਾਂਦੇ ਹੋ ਵਾਪਸ ਤੁਸੀਂ ਉਦੋਂ ਅੱਛਾ ਮਹਿਸੂਸ ਕਰਦੇ ਹੋ ਜਾਂ 47 ਤੋਂ ਬਾਅਦ ਅੱਛਾ ਮਹਿਸੂਸ ਕਰਦੇ ਹੋ? ਉਹ ਕਿਸ ਜ਼ਹਿਨੀ ਤੌਰ ਦੇ ਉੱਤੇ ਤੁਸੀਂ ਅਗਰ ਤੁਹਾਨੂੰ ਯਾਦ ਆਵੇ ਤਾਂ ਤੁਹਾਨੂੰ ਕਿਹੜਾ ਦੌਰ ਅੱਛਾ ਲੱਗਦਾ? ਦੌਰ ਉਹ ਵੀ ਅੱਛਾ ਲੱਗਦਾ ਆਪਣਾ ਬਚਪਨ ਆਪਣੇ ਬਚਪਨ ਦਾ ਉਹ ਵੀ ਅੱਛਾ ਲੱਗਦਾ ਬਚਪਨ ਯਾਦ ਅਖਲਾਕ ਪਿਆਰ ਮੁਹੱਬਤ ਬਹੁਤ ਜ਼ਿਆਦਾ ਸੀ ਹੁਣ ਪਿਆਰ ਮੁਹੱਬਤ ਘੱਟ ਗਿਆ ਹੁਣ ਘੱਟ ਗਿਆ ਹਰ ਪਾਸੇ ਹੀ ਇਹੀ ਹਾਲ ਹੈ ਦਰਸਲ ਜਿਸ ਦਿਨ ਦੇ ਗੇੜ ਲੱਗੇ ਨਾ ਗੇੜ ਉਸ ਦਿਨ ਸਭ ਪਿਆਰ ਮੁਹੱਬਤ ਖਤਮ ਹੋ ਗਏ ਯਾਨੀ ਕਿ ਘਰਾਂ ਨੂੰ ਜਿਹੜੇ ਗੇਟ ਲੱਗ ਗਏ ਨੇ ਉਦੋਂ ਦਾ ਪਿਆਰ ਮੁਹੱਬਤ ਖਤਮ ਪਿਆਰ ਮੁਹੱਬਤ ਖਤਮ ਹੋ ਗਿਆ ਅਸੀਂ ਲੋਕ ਜਿਹੜੇ ਜਿਸਨੇ ਹਾਂ ਸਾਰੇ ਇੱਕ ਮਹੱਲੇ ਦੇ ਇੱਕ ਜਗ੍ਹਾ ਰਾਤ ਨੂੰ ਇਕੱਠਿਆਂ ਬਹਿਣਾ ਬਹੁਤ ਗੱਪਾਂ ਮਾਰਨੀਆਂ ਬੜੇ ਤਕਰੀਬਨ ਬਾਰ ਬਾਰ ਇੱਕ ਵੱਜ ਜਾਣਾ ਦੋ ਵੱਜ ਜਾਣੇ ਫਿਰ ਵੀ ਗੱਲਾਂ ਗੱਪਾਂ ਅਤੇ ਹੁਣ ਉਹ ਗੱਲਾਂ ਨਹੀਂ ਹੁਣ ਉਹ ਗੱਲਾਂ ਨਹੀਂ ਹੁਣ ਇਹ ਆਪਾਂ ਦੂਰੋਂ ਇਸਲਾਮ ਦੂਰੋਂ ਇਸਲਾਮ ਹੈ ਹਾਂ ਗੱਲ ਹੀ ਗੱਲ ਅਸਲ 'ਚ ਗਿਲਾ ਕਿਸੇ ਨਾਲ ਮਾਡਰਨਾਈਜੇਸ਼ਨ ਨਾਲ ਜਾਂ ਉਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤਾਂ ਵਕਤ ਦੀ ਔਰ ਸਮੇਂ ਦੀ ਜ਼ਰੂਰਤ ਹੈ ਕਿ ਇਨਸਾਨ ਮਾਡਰਨ ਹੋ ਰਿਹਾ ਔਰ ਜੂੰ ਜੂੰ ਮਾਡਰਨ ਹੋ ਰਿਹਾ ਆਪਣੀ ਸਕਾਫਤ ਤੋਂ ਦੂਰ ਹੋ ਰਿਹਾ ਆਪਣੇ ਹਰ ਚੀਜ਼ ਤੋਂ ਦੂਰ ਹੋ ਰਿਹਾ ਲੇਕਿਨ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਮਾਡਰਨ ਹੋ ਰਹੇ ਹਾਂ ਕਿ ਬਜ਼ੁਰਗਾਂ ਦੀ ਬੜੀ ਸਿੱਧੀ ਜਿਹੀ ਗੱਲ ਉਹਨਾਂ ਨੇ ਕਹੀ ਕਿ ਮਾਡਰਨਿਜ਼ਮ 'ਤੇ ਆ ਗਿਆ ਲੇਕਿਨ ਸਾਡੀ ਪੰਜਾਬੀਅਤ ਖਤਮ ਹੋ ਗਈ ਸਾਡਾ ਪਿਆਰ ਵੀ ਖਤਮ ਹੋ ਗਿਆ ਜਦੋਂ ਘਰ ਨੂੰ ਗੇਟ ਲੱਗੇ ਅਤੇ ਜਦੋਂ ਇੱਕ ਦੂਜੇ ਦਾ ਘਰ ਦਰਵਾਜ਼ਾ ਖੜਕਾ ਕੇ ਆਉਣਾ ਪਿਆ ਅਤੇ ਉਦੋਂ ਪਿਆਰ ਮੁੱਕ ਗਿਆ ਉਦੋਂ ਪਿਆਰ ਮੁੱਕ ਗਿਆ ਇਹ ਬੜਾ ਪੀਸਫੁੱਲ ਜਿਹਾ ਮੈਸੇਜ ਹੈ ਲੇਕਿਨ ਇਹਦੇ ਪਿੱਛੇ ਇੱਕ ਖੋਰਾ ਸੱਚ ਹੈ ਕਿ ਪਿਆਰ ਮੁਹੱਬਤ ਜਿਹੜਾ ਕਿ ਪਿਆਰ ਮੁਹੱਬਤ ਜਿਹੜਾ ਉਹ ਖਤਮ ਹੋ ਗਿਆ ਘਰ ਤਾਂ ਪੱਕੇ ਬਣ ਗਏ ਲੇਕਿਨ ਲੋਕ ਵੀ ਜਿਹੜੇ ਨੇ ਉਹ ਪੱਕੇ ਨਹੀਂ ਹੋਏ ਲੋਕ ਕੱਚੇ ਹੋ ਗਏ ਜਦੋਂ ਘਰ ਕੱਚੇ ਸਨ ਅਤੇ ਲੋਕ ਉਦੋਂ ਸੱਚੇ ਸਨ ਅਤੇ ਅੱਜ ਘਰ ਪੱਕੇ ਨੇ ਪਰ ਲੋਕ ਕੋਲ ਦੇ ਕੱਚੇ ਨੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਉਸ ਵਕਤ ਤੋਂ ਇਲਮ ਲਿਆ ਸੀ ਅੰਬਲ ਜ਼ਿਆਦਾ ਸੀ ਹੁਣ ਇਲਮ ਹੈ ਅੰਬਲ ਕੋਈ ਨਹੀਂ ਇਹ ਵੀ ਤਾਂ ਗੱਲ ਬੜੀ ਗੱਲ ਹੈ ਇੱਕ ਬੜੀ ਪਤੇ ਦੀ ਗੱਲ ਹੈ ਤੁਹਾਡੀ ਜੀ ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ ਔਰ ਤੁਹਾਡੀਆਂ ਸੋਹਣੀਆਂ ਯਾਦਾਂ ਜਿਹੜੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਮੈਂ ਪੂਰੀ ਦੁਨੀਆ ਤੱਕ ਪਹੁੰਚਾਵਾਂ ਔਰ ਇਹ ਪਿਆਰ ਦਾ ਮੁਹੱਬਤ ਦਾ ਪੀਸ ਦਾ ਮੈਸੇਜ ਹੈ ਇਸ ਚੀਜ਼ ਨੂੰ ਸਿਰਫ ਉੱਥੇ ਤੱਕ ਹੀ ਰੱਖਿਆ ਜਾਏ ਜਿੱਥੇ ਤੱਕ ਮੈਂ ਇਹਨੂੰ ਸ਼ੋਅ ਕਰਨਾ ਵਾਂ ਜਾਂ ਸ਼ੇਅਰ ਕਰਨਾ ਵਾਂ ਇਹਦੇ ਤੋਂ ਕੋਈ ਨੈਗੇਟਿਵ ਸੈਂਸ ਦੇ ਵਿੱਚ ਅਗਰ ਕੋਈ ਮਤਲਬ ਲੈਂਦਾ ਤਾਂ ਇਹ ਉਸ ਦਾ ਆਪਣੀ ਜ਼ਿੰਮੇਦਾਰੀ ਹੈ ਪਹਿਲੇ ਵੀ ਕੁਝ ਲੋਕਾਂ ਨੇ ਮੇਰੇ ਨਾਲ ਗਿਲਾ ਵੀ ਕੀਤਾ ਕਿ ਤੁਸੀਂ ਇਹ ਪੇਜ ਨਾ ਸ਼ੁਰੂ ਕਰੋ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਅਗਰ ਕਿਸੇ ਨਾਲ ਕੋਈ ਜ਼ਿਆਦਤੀ ਹੋਈ ਹੈ ਤਾਂ ਉਹਦੀ ਸੈਲਫ ਸਟੋਰੀ ਹੈ ਉਹਦੇ 'ਚ ਮੇਰੀ ਗਲਤੀ ਨਹੀਂ ਹੈ ਮੈਂ ਤਾਂ ਇੱਕ ਪ੍ਰੋਗਰਾਮ ਕੰਪੋਜ਼ ਕਰਨ ਵਾਸਤੇ ਨਿਕਲਣਾ ਵਾਂ ਮੈਂ ਜਿਹੜੇ ਪਿੰਡ ਜਾਣਾ ਵਾਂ ਮੈਨੂੰ ਉੱਥੇ ਦੀ ਇੱਕ ਨਵੀਂ ਸਟੋਰੀ ਮਿਲਦੀ ਹੈ ਔਰ ਮੈਂ ਉਹ ਤੁਹਾਡੇ ਸਾਹਮਣੇ ਲੈ ਕੇ ਆਉਣਾ ਵਾਂ ਅੱਜ ਇਸ ਪਿੰਡ ਦੀਆਂ ਦੋ ਯਾਦਾਂ ਸਨ ਔਰ ਬੜੀਆਂ ਸੋਹਣੀਆਂ ਯਾਦਾਂ ਨੇ ਔਰ ਜਿਨ੍ਹਾਂ ਨਾਲ ਜੋ ਬੀਤਿਆ ਜਾਂ ਵਰਤਿਆ ਉਹ ਇਹ ਹੱਟ ਬੀਤੀਆਂ ਨੇ ਉਹਨਾਂ ਦੀਆਂ ਮੇਰਾ ਇਹਦੇ ਵਿੱਚ ਕਸੂਰ ਨਹੀਂ ਹੈ ਮੇਰਾ ਇਹਦੇ 'ਚ ਕੋਈ ਦੋਸ਼ ਨਹੀਂ ਹੁੰਦਾ ਜੋ ਕਿਸੇ ਨਾਲ ਬੀਤਿਆ ਹੁੰਦਾ ਮੈਂ ਲਾਈਵ ਪ੍ਰੋਗਰਾਮ ਕਵਰੇਜ ਕਰਨਾ ਵਾਂ ਔਰ ਤੁਹਾਡੇ ਸਾਹਮਣੇ ਲੈ ਕੇ ਆਉਣਾ ਵਾਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਖੋਰੇ ਸੱਚ 47 ਦੇ ਪੰਜਾਬ ਔਰ ਪੰਜਾਬੀ ਇਹ ਹੈ ਮੇਰਾ ਪਾਕਿਸਤਾਨ ਪਾਕਿਸਤਾਨ ਹੈਰੀਟੇਜ ਕਲੱਬ ਸ਼ਾਹਿਦ ਸ਼ਬੀਰ ਫੋਟੋਗ੍ਰਾਫੀ ਔਰ ਗਰੁੱਪ ਜੁਆਇਨ ਕਰੋ ਪਿਆਰਾ ਨਨਕਾਣਾ ਸਾਹਿਬ ਔਰ ਪੜ੍ਹੋ ਹਿਸਟਰੀ ਦੇ ਮੁਤਲਕ ਪੰਜਾਬ ਦੇ ਉਹ ਅਨਫੋਲਡਿਡ ਪੰਨੇ ਜਿਹੜੇ ਕਿ ਫੋਲਡ ਹੋਏ ਹੋਏ ਪਏ ਹੋਏ ਨੇ ਆਓ ਮੇਰੇ ਨਾਲ ਬੈਠੋ ਆਪਣੀਆਂ ਆਪਣੀਆਂ ਯਾਦਾਂ ਸ਼ੇਅਰ ਕਰੋ ਆਪਣੀ ਆਪਣੀ ਵਿਰਾਸਤ ਸ਼ੇਅਰ ਕਰੋ ਹਿਸਟਰੀ ਮੇਰੇ ਨਾਲ ਸ਼ੇਅਰ ਕਰੋ ਔਰ ਤਾਰੀਖ ਦੇ ਉਹਨਾਂ ਪੰਨਿਆਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਓ ਮੇਰੇ ਨਾਲ ਇਸ ਪ੍ਰੋਗਰਾਮ ਦੇ 'ਚ ਅੱਜ ਦੋਸਤ ਮੁਦੱਸਰ ਸਾਹਿਬ ਔਰ ਸਪੈਸ਼ਲ ਥੈਂਕ ਯੂ ਫੋਰ ਰਾਜਾ ਉਮਰ ਸੁਲਤਾਨ ਸਾਹਿਬ ਖੁਦ ਤਾਂ ਮੌਜੂਦ ਨਹੀਂ ਹੈ ਲੇਕਿਨ ਉਹਨਾਂ ਦੇ ਬਿਹਾਫ 'ਤੇ ਮੁਦੱਸਰ ਸਾਹਿਬ ਨੇ ਕਾਫੀ ਟਾਈਮ ਦਿੱਤਾ ਅੱਜ ਮੈਨੂੰ ਔਰ ਮੈਂ ਇਸ ਵੇਲੇ ਸੈਦਪੁਰ ਵਿਲੇਜ ਦੇ ਵਿੱਚ
ਅੱਜ ਦੀ ਸ਼ਾਮ ਉਹ ਲੋਕ ਜਿਹੜੇ ਕਿ ਜ਼ਿਲ੍ਹਾ ਚਕਵਾਲ ਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੇ ਨਾਮ, ਉਹਨਾਂ ਦੇ ਪਿਆਰ ਮੁਹੱਬਤ ਦੇ ਨਾਮ, ਔਰ ਇਹਨਾਂ ਦੇ ਨਾਮ ਜਿਹੜੇ ਲੋਕ ਇੱਥੇ ਵਸ ਰਹੇ ਨੇ ਔਰ ਉਹਨਾਂ ਲੋਕਾਂ ਨੂੰ ਅੱਜ ਵੀ ਯਾਦ ਕਰਦੇ ਨੇ। ਮੇਰਾ ਮਕਸਦ ਧਰਤੀ ਪੰਜਾਬ ਦੀ, ਬੋਲਬਾਲਾ ਪੰਜਾਬ ਦਾ ਔਰ ਪੰਜਾਬੀ ਮਾਂ ਦੀ ਖੈਰ। ਸਲਾਮ।